ਮਜ਼ਦੂਰ ਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਲਕਾਰ ਰਾਮ ਗੜੀਆ ਸਵਾਗਤ ਕਰਦਾ ਹਾਂ ਸਾਥੀਓ ਅੱਜ ਅਸੀਂ ਖੜੇ ਹਾਂ ਰਾਣੀਆਂ ਦੇ ਵਾਰਡ ਨੰਬਰ 14 ਦੇ ਵਿੱਚ ਜਿੱਥੇ ਮੈਂ ਤੁਹਾਨੂੰ ਇੱਕ ਘਰ ਦੇ ਹਾਲਾਤ ਦਿਖਾਉਣ ਜਾ ਰਿਹਾ ਜਿਹੜੀ ਔਰਤ ਇਸ ਘਰ ਦੀ ਮਾਲਕਣ ਹੈ ਉਹ ਬੋਲ ਨਹੀਂ ਸਕਦੀ ਗੁੰਗੀ ਹੈ ਤੇ ਉਹਨਾਂ ਦੇ ਘਰ ਵਾਲੇ ਦੀ ਵੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਦੋ ਬੱਚੇ ਨੇ ਉਹ ਲੱਗ ਰਹੇ ਨੇ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ ਰਾਸ਼ਨ ਕਾਰਡ ਦੇ ਵਿੱਚ ਇਹਨਾਂ ਦਾ ਕੱਲੀ ਦਾ ਹੀ ਨਾਮ ਹੈ ਕੱਲੀ ਹੀ ਆਪਦਾ ਝਾੜੂ ਪੋਚਾ ਕਰਕੇ ਤੇ ਪੈਨਸ਼ਨ ਦੇ ਨਾਲ ਗੁਜ਼ਾਰਾ ਕਰਦੀ ਹੈ ਗੁਜ਼ਰਬਸਰ ਕਰਦੀ ਹੈ ਤੇ ਸਾਡੇ ਪ੍ਰਧਾਨ ਮੰਤਰੀ ਜੀ ਸ਼੍ਰੀਮਾਨ ਨਰਿੰ ਪਬਲਿਕ ਨਾਲ ਇੱਕ ਵਾਦਾ ਕੀਤਾ ਸੀ 2015 ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 2022 ਤੱਕ ਸਾਰੇ ਜਿੰਨੇ ਵੀ ਲੋਕ ਨੇ ਮੇਰੇ ਦੇਸ਼ ਦੇ ਜੋ ਕੱਚੀਆਂ ਛੱਤਾਂ ਵਿੱਚ ਕੱਚੇ ਮਕਾਨਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਪੱਕੀ ਛੱਤ ਪੱਕਾ ਮਕਾਨ ਬਣਾ ਕੇ ਦਿੱਤਾ ਜਾਊਗਾ ਪਰ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਕਿਤੇ ਨਾ ਕਿਤੇ ਆਪਣੇ ਬਜਨਾਂ ਤੋਂ ਝੂਠੇ ਨਜ਼ਰ ਆ ਰਹੇ ਨੇ ਰਾਣੀਏ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇੱਥੇ ਮਜ਼ਦੂਰ ਲੋਕ ਰਹਿੰਦੇ ਨੇ ਗਰੀਬ ਲੋਕ ਰਹਿੰਦੇ ਨੇ ਜਿਹੜੇ ਕਿ ਕੱਚੀਆਂ ਛੱਤਾਂ ਦੇ ਵਿੱਚ ਆਪਣਾ ਜਿਹੜਾ ਗੁਜ਼ਾਰਾ ਕਰਦੇ ਪਏ ਨੇ ਆ ਕਮਰੇ ਦੇ ਹਾਲਾਤ ਮੇਰੇ ਦੋਸਤ ਨੂੰ ਕਹੂੰਗਾ ਮੈਂ ਉਹ ਚੰਗੀ ਤਰ੍ਹਾਂ ਛੱਤ ਦਿਖਾ ਦੇਣ ਕੱਚੀ ਛ ਲੇ ਪਾ ਕੇ ਫੱਟੀਆਂ ਪਾਈਆਂ ਹੋਈਆਂ ਲਗਭਗ 15 ਤੋਂ 20 ਸਾਲ ਪੁਰਾਣਾ ਜਿਹੜਾ ਮਕਾਨ ਬਣਿਆ ਹੋਇਆ ਹੈ ਦੂਜੇ ਕਮਰੇ 'ਚ ਵੀ ਮੈਂ ਮੇਰੇ ਸਾਥੀ ਨੂੰ ਕਹੂੰਗਾ ਉਸ ਦੇ ਵਿੱਚ ਵੀ ਤੁਸੀਂ ਹਾਲਾਤ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹ ਮਜ਼ਦੂਰ ਪਰਿਵਾਰ ਜਿਹੜਾ ਕੱਚੀ ਛੱਤ ਵਿੱਚ ਰਹਿਣ ਲਈ ਮਜਬੂਰ ਹੈ ਸਾਡੇ ਪ੍ਰਧਾਨ ਮੰਤਰੀ ਜੀ ਬਿਲਕੁਲ ਝੂਠੇ ਨੇ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣਾ ਵਾਅਦਾ ਜਿਹੜਾ ਨਹੀਂ ਨਵਾਇਆ 2022 ਦਾ ਚੌਥਾ ਮਹੀਨਾ ਹੁਣ ਖਤਮ ਹੋਣ ਵਾਲਾ ਹੈ ਅੱਧਾ ਸਾਲ ਆਪਾਂ ਕਹਿ ਸਕਦੇ ਹਾਂ ਵੀ ਖਤਮ ਹੋਣ ਵਾਲਾ ਪਰ ਲੋਕਾਂ ਨੂੰ ਜਿਹੜੀ ਪੱਕੀ ਛੱਤ ਹੈ ਉਹ ਨਹੀਂ ਮਿਲੀ ਹੁ ਬੋਲ ਤਾਂ ਸਕਦੇ ਨਹੀਂ ਇਸ਼ਾਰਿਆਂ ਨਾਲ ਆਪਣੀ ਗੱਲ ਜਿਹੜੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸਰਕਾਰ ਅਗਰ ਇਹਨਾਂ ਦੀ ਗੱਲ ਸਮਝਣਾ ਚਾਹੁੰਦੀ ਹੈ ਤੇ ਉਹਨਾਂ ਕੋਲੇ ਬਕਾਇਦਾ ਗੁੰਗਿਆਂ ਦੇ ਬੋਲਿਆਂ ਦੇ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਨੂੰ ਸਮਝਣ ਵਾਲੇ ਬਹੁਤ ਵੱਡੇ ਵੱਡੇ ਟੀਚਰ ਹੈਗੇ ਨੇ ਬਹੁਤ ਵੱਡੇ ਵੱਡੇ ਅਧਿਕਾਰੀ ਹੈਗੇ ਨੇ ਇਹ ਆਪਣੇ ਦਿਲ ਦੀ ਭਾਵਨਾ ਜਿਹੜੀ ਹੈ ਪ੍ਰਗਟ ਕਰਨਾ ਚਾਹੁੰਦੇ ਨੇ ਇਹਨਾਂ ਦੀ ਭਾਵਨਾ ਨੂੰ ਜ਼ਰੂਰ ਸੁਣਨ ਮੇਰੇ ਸ਼ਹਿਰ ਦੇ ਜਿੰਨੇ ਵੀ ਗਰੀਬ ਮਜ਼ਦੂਰ ਲੋਕ ਕੱਚੀ ਛੱਤ ਦੇ ਵਿੱਚ ਅੱਜ ਵੀ ਰਹਿ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਸਕਰੀਨ ਦੇ ਉੱਤੇ ਮੇਰਾ ਨੰਬਰ ਚੱਲ ਰਿਹਾ ਉਹ ਮੈਨ ਹਾਲਾਤ ਹੈ ਉਹ ਸਰਕਾਰ ਨੂੰ ਦਿਖਾ ਸਕੀਏ ਕਿਉਂਕਿ ਮਜ਼ਦੂਰਾਂ ਕੋਲੇ ਕਾਗਜ਼ ਪੂਰੇ ਨਹੀਂ ਹੁੰਦੇ ਕਾਗਜ਼ ਪੂਰੇ ਨਾ ਹੋਣ ਕਰਕੇ ਇਹਨਾਂ ਨੂੰ ਜਿਹੜੀ ਸੁਵਿਧਾ ਦਾ ਲਾਭ ਨਹੀਂ ਮਿਲਦਾ ਸਰਕਾਰ ਨੂੰ ਕੀ ਚਾਹੀਦਾ ਮੇਰਾ ਸਰਕਾਰ ਨੂੰ ਸੁਝਾਅ ਹੈ ਵੀ ਸਰਕਾਰ ਸੰਬੰਧਿਤ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਇਹ ਜਿਹੇ ਘਰਾਂ ਦੇ ਵਿੱਚ ਭੇਜੇ ਉਹ ਆਪਣੇ ਲੈਵਲ ਤੇ ਆਪ ਸਰਵੇ ਕਰਕੇ ਆਪ ਰਿਪੋਰਟ ਬਣਾ ਕੇ ਭੇਜ ਦੇਣ ਤੇ ਇਹਨਾਂ ਨੂੰ ਜਿਹੜਾ ਮਕਾਨ ਬਣਾਉਣ ਲਈ ਜੋ ਸਹਾਇਤਾ ਆਰਥਿਕ ਸਹਾਇਤਾ ਸਰਕਾਰ ਦੇ ਰਹੀ ਹੈ ਉਹ ਮਿਲਣੀ ਚਾਹੀਦੀ ਹੈ ਜਿਹੜੀ ਵੀ ਯੋਜਨਾ ਤੁਸੀਂ ਗਰੀਬਾਂ ਮਜ਼ਦੂਰਾਂ ਨੂੰ ਪੱਕੇ ਮਕਾਨ ਦੇਣ ਲਈ ਚਲਾਈ ਹੈ ਜਾਂ ਤਾਂ ਉਸ ਸਕੀਮ ਨੂੰ ਬੰਦ ਕਰ ਦਿਓ ਨਹੀਂ ਤਾਂ ਮੇਰਾ ਸਰਕਾਰ ਨੂੰ ਕਹਿ ਤੱਕ ਪਹੁੰਚਣੀ ਚਾਹੀਦੀ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਮੋਦੀ ਨੂੰ ਹਾਂ ਵੇ ਐ 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 ਤੁਸੀਂ ਇਹਦੀ ਵਿਚਾਰੀ ਦੀ ਭਾਵਨਾ ਨੂੰ ਹਨ ਸਮਝ ਸਕਦੇ ਹੋ ਉਹ ਆਪਣੀ ਗੱਲ ਕਹਿ ਰਹੀ ਹੈ ਉਹਦੀ ਭਾਵਨਾ ਨੂੰ ਸਮਝੋ ਕਿਉਂਕਿ ਬੋਲ ਤੇ ਸਕਦੇ ਨਹੀਂ ਅਸੀਂ ਉਹਦੀ ਭਾਵਨਾ ਹੀ ਸਮਝ ਸਕਦੇ ਆ ਤੇ ਭਾਵਨਾ ਨੂੰ ਸਮਝਦੇ ਹੋਏ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਸਰਕਾਰ ਤੱਕ ਪਹੁੰਚਾਓ ਤਾਂ ਜੋ ਇਹਦੀ ਸਾਰ ਲੈਣ ਲਈ ਸਰਕਾਰ ਆਪਣਾ ਕੰਮ ਕਰੇ ਤੇ ਜਿੰਨੇ ਵੀ ਮੇਰੇ ਸ਼ਹਿਰ ਰਾਣੀਆਂ ਦੇ ਵਿੱਚ ਕੱਚੇ ਮਕਾਨਾਂ ਦੇ ਵਿੱਚ ਲੋਕ ਰਹਿ ਰਹੇ ਆ ਉਹ ਮੇਰੇ ਨਾਲ ਮੇਰੇ ਫੋਨ ਨੰਬਰ ਤੇ ਸੰਪਰਕ ਕਰਨ ਤਾਂ ਜੋ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਤੇ ਪ੍ਰਧਾਨ ਮੰਤਰੀ ਜੀ ਆਪਣਾ ਵਾਅਦਾ ਪੂਰਾ ਕਰਦੇ ਹੋਏ ਅਗਰ ਵਾਕਈ ਉਹ ਸੱਚੇ ਨੇ ਨਹੀਂ ਤਾਂ ਅਸੀਂ ਉਹਨਾਂ ਨੂੰ ਝੂਠੇ ਹੀ ਕਹਾਂਗੇ ਅਗਰ ਵਾਕਈ ਉਹ ਆਪਣੇ ਆਪ ਨੂੰ ਸੱਚਾ ਕਹਿੰਦੇ ਨੇ ਵੀ ਅਸੀਂ ਸੱਚੇ ਆ ਤੇ ਇਹਦੇ ਘਰ ਤੱਕ ਅਧਿਕਾਰੀ ਪਹੁੰਚਣੇ ਚਾਹੀਦੇ ਆ ਅਧਿਕਾਰੀ ਆਪਣੀ ਰਿਪੋਰਟ ਬਣਾਉਣ ਤੇ ਇਹਨੂੰ ਜਿਹੜੀ ਪੱਕੀ ਛੱਤ ਜਿਹੜੀ ਆ ਬਣਾ ਕੇ ਦਿੱਤੀ ਜਾਵੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਇਸ ਵਿਚਾਰੀ ਗੁੰਗੀ ਬੋਲੀ ਦੀ ਆਵਾਜ਼ ਜਿਹਨੂੰ ਮਾਲਕ ਨੇ ਜਿਹਦੀ ਆਵਾਜ਼ ਨੂੰ ਰੋਕ ਲਿਆ ਉਹਦੀ ਆਵਾਜ਼ ਸਾਥੀਓ ਤੁਸੀਂ ਮੰਨਣਾ ਹੁਣ ਸਾਰਿਆਂ ਨੇ ਇਹਦੀ ਆਵਾਜ਼ ਬਣੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਧੰਨਵਾਦ